ਟੀਵੀ ਸ਼ੋਅ ਵਿੱਚ ਬਾਲਮੀਕ ਸਮਾਜ ਪ੍ਰਤੀ ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ ਵੱਲੋਂ ਕੀਤੀ ਟਿੱਪਣੀ ਤੋਂ ਬਾਅਦ ਬਾਲਮੀਕ ਭਾਈਚਾਰੇ ਵਿੱਚ ਇਹਨਾਂ ਐਕਟਰਾਂ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਜਗ੍ਹਾ ਜਗ੍ਹਾ ਇਹਨਾਂ ਖਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਤਹਿਤ ਗਿੱਦੜਬਾ ਵਿਖੇ ਵੀ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਫਿਲਮ ਅਭਿਨੇਤਾ ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ ਖਿਲਾਫ਼ ਬਾਲਮੀਕ ਸਮਾਜ ਵਿੱਚ ਭਾਰੀ ਗੁੱਸੇ ਦੀ ਲਹਿਰ ਹੈ। ਅੱਜ ਗਿੱਦੜਬਾ ਵਿੱਚ ਬਾਲਮੀਕ ਨੌਜਵਾਨ ਸਭਾ ਗਿੱਦੜਬਾ ਵੱਲੋਂ ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ ਵੱਲੋਂ ਸਮਾਜ ਪ੍ਰਤੀ ਕੀਤੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਨੌਜਵਾਨ ਬਾਲਮੀਕ ਸਭਾ ਗਿੱਦੜਬਾ ਦੇ ਪ੍ਰਧਾਨ ਸੁਨੀਲ ਪਹਿਲ ਨੇ ਕਿਹਾ ਕਿ ਸਮਾਜ ਪ੍ਰਤੀ ਕੀਤੀ ਗਲਤ ਟਿੱਪਣੀ ਨੂੰ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਉਕਤ ਦੋਨਾਂ ਕਲਾਕਾਰਾਂ ਨੂੰ ਸਮਾਜ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ। ਇਸ ਉਪਰੰਤ 71 ਬਾਲਮੀਕ ਨੌਜਵਾਨ ਸਭਾ ਦੇ ਕਾਰਕੁਨਾਂ ਨੇ ਪ੍ਰਧਾਨ ਸੁਨੀਲ ਪਹਿਲ, ਮੀਤ ਪ੍ਰਧਾਨ ਸੁਰੇਸ਼ ਕੁਮਾਰ ਅਤੇ ਚੇਅਰਮੈਨ ਕਮਲ ਕੁਮਾਰ ਦੀ ਅਗਵਾਈ ਹੇਠ ਸਥਾਨਕ ਘੰਟਾ ਘਰ ਚੌਂਕ 'ਤੇ ਉਕਤ ਦੋਨਾਂ ਫਿਲਮੀ ਕਲਾਕਾਰਾਂ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਉਹਨਾਂ ਸਲਮਾਨ ਖਾਨ ਦੇ ਪੁਤਲੇ ਨੂੰ ਜੁੱਤੀਆਂ ਦਾ ਹਾਰ ਪਹਿਨਾ ਕੇ ਸ਼ਹਿਰ ਵਿੱਚ ਜਲੂਸ ਵੀ ਕੱਢਿਆ। ਅੱਜ ਜਿਸ ਮੁੱਦੇ 'ਤੇ ਅਸੀਂ ਇਕੱਠਾ ਹੋਏ ਹਾਂ ਬਾਲਮੀਕਿ ਸਮਾਜ, ਅੱਜ ਦੀ ਦਿਹਾੜੀ ਦੇ ਵਿੱਚ ਅਸੀਂ ਇਕੱਲੇ ਨਹੀਂ, ਸਾਰੇ ਆਲ ਇੰਡੀਆ ਬਾਲਮੀਕਿ ਸਮਾਜ ਸੜਕਾਂ 'ਤੇ ਆ ਚੁੱਕੇ ਨੇ। ਸੰਘਰਸ਼ ਲਈ ਅਸੀਂ ਸਾਰੇ ਬਾਲਮੀਕਿ ਇੱਕ ਹਾਂ, ਸਾਰੇ ਅਸੀਂ ਸੰਘਰਸ਼ ਨੂੰ ਪੂਰਾ ਕਰਕੇ ਹਟਾਂਗੇ। ਆਪਣੇ ਬਾਲਮੀਕਿ ਸਮਾਜ ਬਾਰੇ, ਸਾਡੀ ਕੌਮ ਬਾਰੇ, ਇਹ ਜਿਹੜੇ ਐਕਟਰ ਨੇ ਸਲਮਾਨ ਖਾਨ ਅਤੇ ਸ਼ਿਲਪਾ ਸ਼ੈੱਟੀ, ਇਹਨਾਂ ਨੇ ਸਾਡੇ ਬਾਲਮੀਕਿ ਸਮਾਜ ਨੂੰ ਬੱਦਾ ਸ਼ਬਦ ਬੋਲ ਕੇ ਇਹਨਾਂ ਨੇ ਸਾਡੇ ਦਿਲਾਂ ਦੇ ਵਿੱਚ ਬਹੁਤ ਹੀ ਦੁੱਖ ਪਹੁੰਚਾਇਆ ਹੈ। ਇਹਨਾਂ ਨੇ ਜਿਹੜਾ ਸਾਨੂੰ ਦੁੱਖ ਦਿੱਤਾ ਹੈ, ਅਸੀਂ ਇਹਨਾਂ ਨੂੰ ਸਰਕਾਰ ਅੱਗੇ, ਕਾਨੂੰਨ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਇਹ ਕੌਮ ਨੂੰ ਬੱਦਾ ਸ਼ਬਦ ਬੋਲ ਕੇ ਕੌਮਾਂ ਦੇ ਦਿਲਾਂ ਨੂੰ ਜਿਹੜੇ ਦੁੱਖ ਦਿੰਦੇ ਹੈ, ਸਾਡੇ ਕੌਮ ਨੂੰ, ਬਾਲਮੀਕਿ ਸਮਾਜ ਨੂੰ ਦੁੱਖ ਦਿੱਤਾ, ਇਹਨਾਂ ਨੇ, ਇਹਨਾਂ ਦੇ ਖਿਲਾਫ਼ FIR ਕੀਤੀ ਜਾਵੇ, ਸਖ਼ਤ ਤੋਂ ਸਖ਼ਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਅਸੀਂ ਇਹੀ ਚਾਹਾਂਗੇ। ਜਦੋਂ ਤੱਕ ਇਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ, ਸਾਡਾ ਸੰਘਰਸ਼ ਜਾਰੀ ਰਹੇਗਾ। ਸਲਮਾਨ ਖਾਨ, ਬਹੁਤ ਮਾੜੀ ਗੱਲ ਕੀਤੀ ਹੈ ਤੂੰ। ਸਲਮਾਨ ਖਾਨ ਐਕਟਰ ਬਣਾਉਂਦੇ ਹੈ, ਲੋਕ ਤੁਹਾਨੂੰ ਐਕਟਰ ਬਣਾਉਂਦੇ ਹੈ, ਲੋਕਾਂ ਦੇ ਸਹਾਰੇ ਤੁਸੀਂ ਵੱਡੇ ਵੱਡੇ ਸਟਾਰ ਬਣ ਜਾਂਦੇ ਹੋ ਅਤੇ ਲੋਕਾਂ ਦੇ ਦਿਲਾਂ ਦੇ ਉੱਤੇ ਤੁਸੀਂ ਅੱਜ ਸਾਡੇ ਦਿਲਾਂ ਨੂੰ ਠੇਸ ਪਹੁੰਚਾਉਂਦੇ ਹੋ। ਜੇ ਐਵੇਂ ਹੀ ਦਿਲਾਂ ਦੇ ਠੇਸ ਪਹੁੰਚਾਉਣਗੇ ਲੋਕਾਂ ਦੇ, ਤਾਂ ਐਕਟਰ ਕਿਵੇਂ ਬਣਨਗੇ? ਸਾਡੇ ਬਾਲਮੀਕਿ ਸਮਾਜ ਨੂੰ ਤੂੰ ਬਹੁਤ ਵੱਡੀ ਠੇਸ ਪਹੁੰਚਾਈ ਹੈ। ਅਸੀਂ ਬਾਲਮੀਕਿ ਸਮਾਜ ਸੰਘਰਸ਼ ਕਰਕੇ ਇਸ ਤੋਂ ਬਦਲਾ ਲਵਾਂਗੇ, ਇਸ ਨੂੰ ਜੜ੍ਹ ਪਹੁੰਚਾਵਾਂਗੇ। ਜਦੋਂ ਤੱਕ ਇਸ 'ਤੇ ਕਾਰਵਾਈ ਨਹੀਂ ਹੁੰਦੀ, ਅਸੀਂ ਬਾਲਮੀਕਿ ਸਮਾਜ ਐਂ ਸੜਕਾਂ 'ਤੇ ਉਤਰੇ ਰਹਾਂਗੇ। ਬਾਲਮੀਕਿ ਸਮਾਜ ਇੱਕ ਹੈ, ਸਾਡੇ ਬਾਲਮੀਕਿ ਸਮਾਜ ਨੂੰ ਜਦੋਂ ਜਦੋਂ ਜੋ ਵੀ ਕੋਈ ਬੱਦਾ ਸ਼ਬਦ ਬੋਲੇਗਾ ਜਾਂ ਬਾਲਮੀਕਿ ਸਮਾਜ ਦੇ ਵਰਖਿਲਾਫੀ ਕੋਈ ਕੰਮ ਕਰਦਾ ਹੈ, ਅਸੀਂ ਉਹਨੂੰ ਬਖਸ਼ਾਂਗੇ ਨਹੀਂ। ਅਸੀਂ ਸਲਮਾਨ ਖਾਨ ਨੂੰ ਇਹ ਵਾਰਨਿੰਗ ਦਿੰਦੇ ਹਾਂ ਕਿ ਸਲਮਾਨ ਖਾਨ, ਜ਼ਿਆਦਾ ਬਾਲਮੀਕਿ ਸਮਾਜ ਅੱਗੇ ਤੂੰ ਬੇਨਤੀ ਕਰਕੇ ਹੱਥ ਜੋੜ ਕੇ ਸਾਡੇ ਤੋਂ ਮਾਫ਼ੀ ਮੰਗ ਲਾ ਅਤੇ ਕਾਨੂੰਨੀ ਕਾਰਵਾਈ, ਕਾਨੂੰਨ ਨੇ, ਸਰਕਾਰ ਨੇ ਇਸ 'ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਹੀ ਸਾਡਾ ਲਕਸ਼ ਹੈ, ਇਸੀ ਮੁੱਦੇ 'ਤੇ ਅਸੀਂ ਇਕੱਠੇ ਹੋਏ ਹਾਂ। ਬਾਲਮੀਕਿ ਸ਼ਕਤੀ, ਬਾਲਮੀਕਿ ਸ਼ਕਤੀ। ਹਾਂਜੀ ਸਰ, ਜਦੋਂ ਲੰਚ ਬ੍ਰੇਕ ਹੋਈ ਸੀ ਉਸ ਟਾਈਮ 'ਤੇ ਅਸੀਂ ਆਏ ਹੋਏ ਹਾਂ, ਮੇ ਬੀ 2:15 ਤੱਕ ਮੈਂ ਇੱਥੇ, ਅਤੇ 3 ਵਜੇ ਅਸੀਂ ਐਂਟਰ ਕਰ ਗਏ ਸੀਗੇ। ਉਹ 3 ਵਜੇ ਤੋਂ ਬਾਅਦ ਅੰਦਰ ਕੋਈ ਕੈਂਡੀਡੇਟ 40 ਹੋਣਗੇ, ਮੇ ਬੀ 40-45 ਕੈਂਡੀਡੇਟ ਹੋਣਗੇ ਅੰਦਰ, ਜਿਨ੍ਹਾਂ ਨੂੰ ਜੋ ਵਿੱਚ ਕੋਈ ਹਰ ਮਸਲੇ 'ਤੇ ਆਏ ਹੋਏ ਸੀਗੇ, ਪੇਪਰ ਦੇ ਮਸਲੇ 'ਤੇ ਵੀ ਆਏ ਸੀ। ਅਸੀਂ ਫੀਸ ਜਮ੍ਹਾਂ ਕਰਵਾਉਣੀ ਹੈ, PTET ਆਇਆ ਸਾਡਾ, ਉਹਦੇ ਅਕੋਰਡਿੰਗ ਅਸੀਂ ਫੀਸ ਜਮ੍ਹਾਂ ਕਰਵਾਉਣੀ ਹੈ, ਠੀਕ ਹੈ? ਅਤੇ ਉਹਦੇ ਮਸਲੇ 'ਚ ਸਾਰੇ ਆਏ ਹੋਏ ਸੀ, ਅਤੇ 3:35 'ਤੇ ਚੇਅਰ ਤੋਂ
ਜਿਹੜੇ ਵੀ ਡਿਊਟੀ ਸੀਗੇ, ਜਿਨ੍ਹਾਂ ਦੀ ਵੀ ਡਿਊਟੀ ਸੀ, ਉਹ ਚਲੇ ਗਏ 3:35 'ਤੇ, 3:35 'ਤੇ ਉਹ ਚਲੇ ਗਏ। ਲੇਕਿਨ ਅਸੀਂ ਕਿਹਾ ਸੀ, ਰਿਕੁਐਸਟ ਕੀਤੀ ਸੀ ਵੀ ਸਾਨੂੰ ਨਹੀਂ ਮਿਲੇ ਇੰਨੇ ਦਿਨ, 3 ਛੁੱਟੀਆਂ ਆ ਗਈਆਂ, ਸੈਚਰਡੇ ਸੰਡੇ ਮੰਡੇ, ਅਤੇ 26 ਲਾਸਟ ਹੈ, 26-27 ਨੂੰ 5 ਵਜੇ ਤੱਕ, ਉਸ ਤੋਂ ਬਾਅਦ ਨਹੀਂ ਹੋ ਸਕਦੀ ਫੀਸ ਜਮ੍ਹਾਂ। ਅਤੇ ਇਹ ਸਾਡਾ ਭਵਿੱਖ ਹੈ ਜੀ, ਸਾਡਾ ਭਵਿੱਖ ਕਿਉਂ ਖਰਾਬ ਹੋ ਰਿਹਾ? ਇੱਕ ਤਾਂ ਬੈਂਕ ਵਾਲੇ ਸਾਨੂੰ ਕੋਪਰੇਟ ਨਹੀਂ ਕਰ ਰਹੇ, ਠੀਕ ਹੈ, ਅਸੀਂ ਕਹਿ ਰਹੇ ਸੀ ਵੀ ਚਲੋ ਅੱਧਾ ਘੰਟਾ, ਅੱਧੇ ਘੰਟੇ ਤੱਕ ਜਿੰਨਾ ਵੀ ਹੋ ਸਕਦਾ ਸਾਡੀ ਓਨੀ ਕਰੋ, ਮਦਦ ਕਰੋ। ਲੇਕਿਨ ਨਹੀਂ, ਹੁਣ ਤਾਂ ਕੈਂਡੀਡੇਟ 30 ਹੋਣਗੇ, ਮੈਂ ਵੀ ਹੋਰ ਜ਼ਿਆਦਾ ਤਾਂ ਹੈ ਨਹੀਂ, 27 ਹੈ ਜੀ ਔਨਲਾਈਨ ਦੀ, ਹਾਂ ਅਪਲਾਈ ਬੈਂਕ ਦੀ ਫੀਸ ਅਪਲਾਈ ਕਰਨ ਦੀ 27 ਹੈ, ਇੱਕ ਹੀ ਬੈਂਕ ਹੈ ਜੀ, ਇਹੀ ਬੈਂਕ 'ਚ ਜਮ੍ਹਾਂ ਕਰਾਉਣੀ ਆ, 3 ਛੁੱਟੀਆਂ। ਹਾਂਜੀ ਹਾਂਜੀ, ਉਹ ਤਾਂ ਜੀ ਕੀ ਰਿਸਪੋਂਸ ਦਿੱਤਾ ਹੈ ਸਾਡੇ, ਮਤਲਬ ਕਿ ਭਰਾ ਸੀਗੇ ਜਿਹੜੇ ਸਾਡੇ, ਉਹਨਾਂ ਨਾਲ ਹੋਇਆ ਜੀ, ਮੇਰੇ ਨਾਲ ਇਸ ਟੋਪਿਕ 'ਤੇ ਗੱਲ ਨਹੀਂ ਹੋਈ ਹੈ, ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਕੀ ਕਿਹਾ ਉਹਨਾਂ ਨੇ, ਕੀ ਨਹੀਂ ਕਿਹਾ। ਸੋਨੀ ਡੱਲਾ, ਬਿਊਰੋ ਚੀਫ ਮੁਕਤਸਰ, ਦਿਵਿਆ ਪੰਜਾਬ ਟੀਵੀ।